ਸਾਰੇ ਇੱਕੋ ਜਿਹੇ ਹਨ। ਨੱਥਾ ਸਿੰਘ ਸੀ, ਮਾਣਾ ਸਿੰਘ ਸੀ, ਸ਼ਾਨਾ ਸੀ, ਬਲਕਾਰਾ ਸੀ, ਤੇ ਜੇਕਰ ਲੱਟ ਮਾਰ ਨੂੰ ਸਨ ਤੇਜੇਰੀ ਜੀ ਲੱਟ ਮਾਰਨੇ ਲੁੱਟਣ ਵਾਲੇ ਕੰਮ। ਅੱਛਾ 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 ਠੀਕ ਹੈ। ਨਹੀਂ ਇਹਦੇ ਚੋਰੀ ਹੋਈ ਸੀ ਉਹਨਾਂ ਦੇ ਘਰਾਂ ਦੇ, ਉਹ ਜੇ ਤਿੰਨ ਦਸ ਧੂਤ ਵਾਲੀ ਹੈ, ਉਹ ਚੋਰੀ ਚਾਰੀ ਕਰਦਾ, ਕਿਸੇ ਢੱਗੇ ਖੋਲ ਜਾਂਦੇ, ਕਿਸੇ ਗਾਹ ਖੋਲ ਜਾਂਦੇ, ਜਵਾਬ ਸਾਰਾ ਸੀ ਕੰਮ। ਠੀਕ ਹੈ। ਨੇੜੇ ਤੇੜੇ ਯਾਰ ਧੀਆਂ ਹਨ ਉਹਦੀਆਂ ਦੋ, ਤੇ ਚੰਗੀ ਉਹਨੇ ਕੀਤੀ ਸੀ ਸ਼ਾਦੀ ਧੀ ਦੀ, ਤੇ ਕੁੜਮ ਉਹਦਾ ਸਣੇ ਜੁੱਤੀ ਤੋਂ ਲੰਘ ਗਿਆ ਸੀ ਗੁਰਦੁਆਰੇ ਦੀ ਰੜੀ ਦੇ ਵਿੱਚ, ਉਹਨੇ ਪਾਇਆ ਸਮਾਨ। ਮੁੰਡੇ ਦਾ ਪਿਓ ਉਹ ਕਹਿੰਦਾ ਸਹੁਰੇ ਨੂੰ ਆਹ ਪੁੱਤਰ ਕੋਈ ਛੇੜੂ ਵੀ ਦਾ, ਉਹਦੇ ਕੋਲ ਛੇੜੂ ਹੋਏ ਸੀ ਕੋਈ ਨਾ, ਉਹਨੇ ਦੁਆ ਕੀਤੀ ਅੱਲਾ ਕੁੜੀ ਮਰ ਜਾਏ। ਦੋ ਹੁਣ ਅਗਲਾ ਸੁਣੇ ਤੇ ਕੀ ਕੋਈ ਆਖੇਗਾ, ਇੱਥੇ ਮਰੇ ਵੀ ਨੇ ਪੰਜ ਚਾਰ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਜਾਜੋ ਕੇ, ਤਹਿਸੀਲ ਨੌਸ਼ਹਿਰਾ ਵਿਰਕਾ, ਜ਼ਿਲ੍ਹਾ ਗੁਜਰਾਂਵਾਲਾ। ਇਹ ਪਿੰਡ ਦੇ ਆਸ ਪਾਸਿਓਂ ਸੇਮ ਲੰਘਦੀ ਹੈ ਵੀ ਪੁਰਾਣੀ ਉਸੇ ਏਰੀਏ ਦੀ, ਅਤੇ ਇਹ ਨਾਲ ਸੜਕ ਦੇ ਦੂਜੇ ਪਾਸੇ ਮਸੀਤ ਹੈ, ਬੜੀ ਵਧੀਆ, ਬੜੀ ਸੋਹਣੀ ਅਤੇ ਬੜੀ ਰੀਝ ਦੇ ਨਾਲ ਪਿੰਡ ਵਾਲਿਆਂ ਨੇ ਬਣਾਈ ਹੈ। ਇੱਥੇ ਗੁਰਦੁਆਰਾ ਹੁੰਦਾ ਸੀ ਪੁਰਾਣਾ ਸਾਹਮਣੇ, ਜਿੱਥੇ ਮਕਾਨ ਦੇ ਸੇ ਨੇ ਪਏ ਤੁਹਾਨੂੰ, ਅਤੇ ਇਹ ਤਰੇਕ ਵਾਲੀ ਥਾਂ ਦੇ ਉੱਤੇ ਅੰਦਰ ਵਾਲਾ ਖੂਹ ਹੁੰਦਾ ਸੀ ਉਸ ਵੇਲੇ। ਗੁਰਦੁਆਰੇ ਵਾਲੀ ਥਾਂ ਦੇ ਉੱਤੇ ਹੁਣ ਲੋਕਾਂ ਨੇ ਘਰ ਬਣਾ ਲਏ ਨੇ ਉਹਨੂੰ ਢਾਹ ਕੇ, ਅਤੇ ਇਸ ਥਾਂ 'ਤੇ ਗੁਰਦੁਆਰਾ ਹੁੰਦਾ ਸੀ, ਨਾਲ ਹੀ ਬਾਹਰ ਵਾਲੇ ਪਾਸੇ ਸੜਕ ਹੈ ਇੱਥੇ ਜਿਹੜੀ ਨਸ਼ਹਿਰੇ ਵਿਰਕਾ ਜਾਂਦੀ ਹੈ, ਗੁਜਰਾਂ ਵਾਲੀ ਆਉਂਦੀ ਹੈ। ਇਹ ਪਿੰਡ ਦਾ ਲਹਿੰਦਾ ਪਾਸਾ ਇਸ ਵੇਲੇ ਤੁਹਾਡੇ ਸਾਹਮਣੇ ਨੇ, ਅਤੇ ਇਹ ਸੜਕ ਜਿਹੜੀ ਇਹ ਇੱਥੋਂ ਹੀ ਅੱਗੋਂ ਸਾਧੂ ਘਰਾਂ ਵੱਲ ਜਾਂਦੀ ਹੈ। ਪਿੰਡ ਦੇ ਲਹਿੰਦੇ ਪਾਸੇ ਇਹ ਦਰਬਾਰ ਹੈ ਬਾਬੇ ਗਰੀਬ ਦਾ, ਦਰਬਾਰ ਦਾ ਬਾਹਰਲਾ ਪਾਸਾ। ਤੁਸੀਂ ਵੇਖਦੇ ਹੋ ਆਪਣੇ ਸਾਹਮਣੇ ਇਸ ਵੇਲੇ ਤੁਹਾਡੇ ਸਾਹਮਣੇ ਦਰਬਾਰ ਦਾ ਬਾਹਰਲਾ ਪਾਸਾ ਹੈ, ਅਤੇ ਹੁਣ ਅਸੀਂ ਤੁਹਾਨੂੰ ਦਰਬਾਰ ਦੇ ਵਿੱਚ ਲੈ ਕੇ ਜਾਵਾਂਗੇ। ਕੋਈ ਪੁਰਾਣੇ ਰੁੱਖ ਲੱਗੇ ਨੇ ਉਸ ਏਰੀਆ ਦੇ, ਇਸੇ ਪਾਸੇ ਹੀ ਨਵਾਂ ਖੂਹ ਵੀ ਹੁੰਦਾ ਸੀ ਇੱਥੇ, ਅਤੇ ਇਹ ਦਰਬਾਰ ਹੈ ਸਾਹਮਣੇ, ਕੁਝ ਪੁਰਾਣੀਆਂ ਕਬਰਾਂ ਨੇ ਇੱਥੇ ਨਾਲ। ਪੁਰਾਣਾ ਦਰਬਾਰ ਜਿਹੜਾ ਪਿੰਡ ਵਿੱਚ ਹੈ ਸਾਡੇ ਬਾਬੇ ਗਰੀਬ ਦਾ, ਸੱਯਦ ਬਾਬਾ ਗਰੀਬ ਸ਼ਾਹ। ਅਤੇ ਉਹ ਤੁਹਾਨੂੰ ਬਾਬਾ ਜੀ ਰਹਿਮਤ ਕਮਿਆਰ ਦੇ ਨਾਲ ਮਿਲਾਉਂਦੇ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ। ਕੀ ਹਾਲ ਹੈ? ਠੀਕ ਹੋ? ਠੀਕ ਹੈ, ਸ਼ੁਕਰ ਹੈ ਅੱਲਾਹ ਦਾ। ਚਾਚਾ ਜੀ ਕੀ ਨਾਂ ਹੈ ਤੁਹਾਡਾ? ਰਾਮਤ। ਅੱਬਾ ਜੀ ਦਾ ਨਾਂ ਕੀ ਸੀ? ਮਾਮਦੀਨ। ਅਤੇ ਦਾਦੇ ਦਾ ਨਾਂ ਯਾਦ ਹੈ ਤੁਹਾਨੂੰ? ਫਜ਼ਲ। ਠੀਕ ਹੈ, ਅਤੇ ਕੌਮ ਕਿਹੜੀ ਆਪਣੀ, ਕੌਣ ਹੁੰਦੇ ਹੋ? ਹੁਣ ਤਾਂ ਅਸੀਂ ਮਾਨੀ ਕੋਨੇ ਘੁਮਿਆਰ। ਠੀਕ ਹੈ, ਅਤੇ ਜਦੋਂ 47 ਦੀ ਵੰਡ ਹੋਈ ਸੀ ਅਤੇ ਉਦੋਂ ਤੁਸੀਂ ਕਿੱਡੇ ਕੁ ਹੁੰਦੇ ਸੋ? 13-14 ਸਾਲ ਦਾ ਸੀ। ਠੀਕ ਹੈ, ਅਤੇ ਆਪਣਾ ਇਹ ਪਿੰਡ ਕਿਹੜਾ? ਜਾਜੋ ਕੇ। ਠੀਕ ਹੈ, ਇਹਦਾ ਜ਼ਿਲ੍ਹਾ ਕਿਹੜਾ? ਗੁਜਰਾਂਵਾਲਾ। ਤਹਿਸੀਲ? ਨਸ਼ਹਿਰਾ। ਨਸ਼ਹਿਰਾ ਵਿਰਕਾ। ਅੱਛਾ, ਜਾਜੋ ਕੀ ਦੇ ਆਲੇ ਦੁਆਲੇ ਚਾਰ ਚੁਫੇਰੇ ਜਿਹੜੇ ਕੋਈ 7-8 ਪਿੰਡ ਰਹੇ ਨਾ, ਮੈਨੂੰ ਉਹਨਾਂ ਦਾ ਨਾਂ ਦੱਸ ਦਿਓ। ਸਾਧੂ ਗਰਾਇਆ, ਚਿੱਟੀ ਗਰਾਇਆ, ਬੁੱਢਾ ਗਰਾਇਆ, ਰੱਤਾ ਗਰਾਇਆ, ਗੂਪੜਾ ਗਰਾਇਆ, ਕਿਲਾ ਦੇਸੋ, ਹਰਨਾਲੀ, ਮੰਡਾ ਕੋਟ, ਹਰ ਚੌਕੀ, ਕੋਲਲੀ, ਹੋਰ ਕਿੰਨੇ ਪੁੱਛਣੇ ਨੇ? ਸਹੀ, ਠੀਕ ਹੈ। 1947 ਤੋਂ ਪਹਿਲਾਂ ਤੁਹਾਡੇ
ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਲੋਕ ਰਹਿੰਦੇ ਸਨ, ਕਿਹੜੀ ਕਿਹੜੀ ਜ਼ਾਤ ਬਲਾਦਰੀ ਦੇ ਮਜ਼ਹਬ ਦੇ? ਇਹ ਹਿੰਦੂ ਭਰਾ ਸਨ ਜੀ, ਸਿੱਖ ਵੀ ਸਨ। ਸਿੱਖਾਂ ਨੂੰ ਸਰਦਾਰ ਆਉਂਦੇ, ਹਿੰਦੂਆਂ ਨੂੰ ਆਉਂਦੇ ਨੇ ਖੱਤਰੀ, ਦੋਵੇਂ ਕੌਮਾਂ ਹਨ। ਮਹਿਰ ਵੀ ਸਨ, ਘੁਮਿਆਰ ਵੀ ਸਨ, ਤੇਲੀ ਸਨ, ਸਾਈ ਸਨ, ਨਾਈ ਸਨ, ਚੀਬੇ ਸਨ ਜੀ। ਸਿੱਖਾਂ ਦੇ ਕਿੰਨੇ ਕੁ ਘਰ ਸਨ ਪਿੰਡ ਵਿੱਚ? ਸਿੱਖਾਂ ਦੇ 7-8 ਘਰ ਸਨ, 8-8 ਘਰ। ਜੱਟ ਸਨ ਕਿ ਜਾਂ ਫਿਰ ਕੋਈ ਹੋਰ ਕੌਮ ਸੀ? ਗੁਰਾਏ ਸਨ। ਗੁਰਾਏ ਜੱਟ ਸਨ, ਠੀਕ ਹੈ। ਅਤੇ ਖੱਤਰੀਆਂ ਦੇ ਕਿੰਨੇ ਕੁ ਘਰ ਸਨ? ਖੱਤਰੀਆਂ ਦੇ 5-6 ਘਰ ਸਨ। 5-6 ਘਰ ਸਨ, ਠੀਕ ਹੈ। ਅੱਛਾ, ਜਿਹੜੇ ਸਿੱਖ ਗਰਾਏ ਸਨ, ਇਹਨਾਂ ਦੇ ਵਿੱਚੋਂ ਕਿ ਜਿਹੜੇ ਸਿਰਕਰਦਾ ਬੰਦੇ ਸਨ ਮਸ਼ਹੂਰ, ਉਹਨਾਂ ਦਾ ਤੁਸੀਂ ਨਾਂ ਜਾਣਦੇ ਹੋ? ਤੇਜਾ ਨੱਥਾ ਸਿੰਘ। ਨੱਥਾ ਸਿੰਘ ਸੀ ਜੀ ਜੀ, ਸਾਰੇ ਇੱਕੋ ਜਿਹੇ ਹਨ। ਨੱਥਾ ਸਿੰਘ ਸੀ, ਮਾਣਾ ਸਿੰਘ ਸੀ, ਸ਼ਾਨਾ ਸੀ, ਬਲਕਾਰਾ ਸੀ, ਅਤੇ ਜੇਕਰ ਲੱਟੂ ਮਾਰ ਨੂੰ ਸਨ ਤੇਜੇਰੀ ਜੀ। ਲੱਟੂ ਮਾਰਨੇ ਲੁੱਟਣ ਵਾਲੇ ਕੰਮ। ਅੱਛਾ ਅੱਛਾ ਅੱਛਾ, ਠੀਕ ਹੈ। ਨਹੀਂ, ਉਹ ਕੋਈ ਗੱਲ ਨਹੀਂ ਹੈ, ਤੁਸੀਂ ਸਾਰਾ ਕੁਝ ਦੱਸ ਸਕਦੇ ਹੋ। ਅਤੇ ਤੇਜਾ ਸਿੰਘ ਜਿਹੜਾ ਉਹ ਵੀ ਵੱਡਾ ਬੰਦਾ ਸੀ। ਹਾਂ, ਠੀਕ ਹੈ। ਹੋਰ ਜਿਹੜਾ ਤੁਸੀਂ ਨਾਂ ਜਾਣਦੇ ਹੋ ਨਾ ਇਹਨਾਂ ਦੇ, ਉਹ ਸਾਰੇ ਦੱਸ ਦਿਓ। ਮੈਂ ਦੱਸਿਆ ਹੁਣ ਜੀ ਜੀ, ਇਹ ਉਹਨਾਂ ਵਿੱਚੋਂ ਜਿਹੜੇ 7-8 ਘਰ ਸਨ, ਉਹਨਾਂ ਦੇ ਵੱਡੇ ਵਡੇਰੇ ਸਨ। ਅਤੇ ਕੁਛ ਜਵਾਨ ਮੁੰਡਿਆਂ ਦੇ, ਇਹਨਾਂ ਦੇ ਜੇ ਤੁਸੀਂ ਪੁੱਤਰਾਂ ਦੇ ਨਾਂ ਜਾਣਦੇ ਹੋ ਉਹ ਵੀ ਦੱਸ ਦਿਓ। ਤਾਰਾ ਸਿੰਘ ਦੇ ਛਾਨਾ ਜੀ, ਗਮਾਨਾ, ਚਰਤੂ ਬਾਂਧਿਆਂ ਅੱਗੋਂ ਨਾਂ ਦਾ ਪਤਾ ਨਹੀਂ ਸਾਨੂੰ, ਛੋਟੇ ਇੱਕ ਦਿਨ ਕੈਲਾ ਸੀ, ਬੁੱਢਾ, ਦੂਜਾ ਬਿਹਾਰੀ, ਇਹਨਾਂ ਦੇ ਨਾਂ ਸੀ ਬਾਲਾਂ ਦੇ। ਫਤਿਹ ਸਿੰਘ ਦੇ ਮੁੰਡੇ ਦੇ ਨਾਂ ਸ਼ੀਸ਼ੂ ਬਾਂਧੇ ਹੁੰਦੇ ਹਨ ਇੱਕ ਦਿਨ, ਅਤੇ ਉਹ ਇੱਥੇ ਰਹਿ ਵੀ ਗਿਆ ਸੀ, ਬਾਅਦ 'ਚ ਗਿਆ ਉਹ, ਠੀਕ ਹੈ। ਹਾਂ, ਬਾਲ ਸਿੰਘ ਵੀ ਸੀ, ਭਾਗ ਸਿੰਘ ਵੀ ਸੀ, ਭਾਗ ਸਿੰਘ ਵੀ, ਬਾਲ ਸਿੰਘ ਵੀ। ਹਾਂਜੀ, ਬਾਲ ਸਿੰਘ ਦੇ ਬਾਰੇ ਤੁਸੀਂ ਦੱਸ ਦਿਓ ਸੋਨੇ। ਬਾਲ ਸਿੰਘ ਦੇ ਬੱਗੇ ਵਾਲਾ ਖੂਹ, ਹਾਂਜੀ, ਇੱਥੇ ਹੁੰਦਾ ਸੀ। ਅਤੇ ਬਾਲ ਸਿੰਘ ਦੇ ਪੁੱਤਰ ਜਾਣਦੇ ਹੋ ਤੁਸੀਂ ਕਿੰਨੇ ਸਨ? ਇਹਨਾਂ ਨੂੰ ਇਹ ਇੱਥੇ ਹੁਣ ਪਤਾ ਨਹੀਂ ਲੱਗਣਾ। ਹਾਂਜੀ ਹਾਂਜੀ, ਦਰਸ਼ੀ ਪੁੱਛ ਹੈ, ਮੋਹਰੀ, ਮੋਹਰੀ, ਉਹਦੇ ਦੋ ਪੁੱਤਰ ਸਨ। ਹਾਂ, ਇਹ ਉਦੋਂ ਕਿੱਡੇ ਕਿੱਡੇ ਹੁੰਦੇ ਸਨ? ਜਵਾਨ ਸਨ, ਅਸੀਂ ਪੂਰੇ ਸਨ। ਅੱਛਾ ਅੱਛਾ, ਇਹਨਾਂ ਦਾ ਖੂਹ ਕਿਹੜਾ ਸੀ? ਬੱਗੇ ਵਾਲਾ। ਬੱਗੇ ਵਾਲਾ ਖੂਹ ਹੁੰਦਾ ਸੀ, ਠੀਕ ਹੈ। ਜਿਹੜੇ ਤੁਹਾਡੀ ਉਮਰ ਦੇ ਤੁਹਾਡੇ ਨਾਲ ਮੁੰਡੇ ਖੇਡਦੇ ਸਨ, ਉਹਨਾਂ ਦਾ ਨਾਂ ਜਾਣਦੇ ਹੋ? ਤੈਨੂੰ ਦੱਸਿਆ, ਛਾਨੇ ਦਾ ਕੈਲੂ, ਹਾਂ, ਚਰਤੂ, ਇਹ ਜਾਣਦੇ ਆ, ਇਹ ਤੁਹਾਡੇ ਨਾਲ ਖੇਡਦੇ ਹੁੰਦੇ ਸਨ? ਹਾਂ। ਅੱਛਾ, ਚਾਚੀ ਖੇਡਦੇ ਕੀ ਹੁੰਦੇ ਸੀ ਉਦੋਂ? ਗੁੱਲੀ ਡੰਡਾ, ਖਿੱਡੂ ਟੱਲਾ, ਹੋਰ ਉੱਥੇ ਖੇਡਦੇ ਕੱਟਾ ਦੇ ਸਾਹ, ਠੀਕ ਹੈ। ਅੱਛਾ, ਅਤੇ ਪਿੰਡ ਦੇ ਵਿੱਚ ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ? ਹਾਂ। ਕਿਹਦੀ ਕਿਹਦੀ ਦੁਕਾਨ ਹੁੰਦੀ ਸੀ? ਬਿਹਾਰੀ ਜਿਹੜਾ ਨਹੀਂ ਖੱਤਰੇ, ਹਾਂ, ਦੁਕਾਨ ਸੀ ਇਹ ਬਿਹਾਰੀ ਜਿਹੜਾ ਸੀ, ਇੱਧਰ ਇਹਦੀ ਵੀ ਰੇੜਾ ਰੱਖਿਆ ਸੀ ਇਹਨੇ, ਕਪਾਕਪੁਰ ਊਂ ਛੂੰਡ ਜਾਂਦਾ ਹੁੰਦਾ ਸੀ, ਇਹਦੀ ਵੀ ਦੁਕਾਨ ਸੀ। ਇੱਕ ਜਿਹੜੇ ਸਨ ਉਹ ਬਾਹਮਣ, ਬਿਹਾਰੀ ਬਾਹਮਣ ਕਹੇ, ਚੰਨੀ ਬਾਹਮਣ, ਹੋਰ ਦੱਸੋ ਕੀ ਦੱਸਣਾ। ਇਹਨਾਂ ਦੀਆਂ ਦੁਕਾਨਾਂ ਹੁੰਦੀਆਂ ਸਨ, ਉਹਨਾਂ ਦੀ ਦੁਕਾਨ ਸੀ। ਤੁਸੀਂ ਦੁਕਾਨ ਦੇ ਉੱਤੇ ਸ਼ਹਿ ਲੈ ਜਾਂਦੇ ਹੁੰਦੇ ਸੋ ਤੂੰ ਉਹਨਾਂ ਤੋਂ? ਦੁਕਾਨਾਂ ਤਾਂ ਸਾਰੀਆਂ ਸ਼ਹਿ ਲੈ ਜੀ, ਜਿੱਥੋਂ ਮਰਜ਼ੀ ਲੈ ਲਓ। ਸਹੀ ਹੈ, ਸਹੀ ਹੈ। ਅਤੇ ਪਿੰਡ ਦੇ ਉਦੋਂ ਨੰਬਰਦਾਰ ਕਿੰਨੇ ਹੁੰਦੇ ਸਨ? ਨੰਬਰਦਾਰ ਇੱਕੋ ਹੀ ਸੀ, ਨੱਥਾ ਸਿੰਘ। ਨੱਥਾ ਸਿੰਘ ਨੰਬਰਦਾਰ ਸੀ, ਠੀਕ ਹੈ। ਹੁਣ ਵੀ ਇੱਕੋ ਹੀ ਹੈ, ਹਾਂਜੀ, ਠੀਕ। ਅੱਛਾ, ਪਿੰਡ ਦੇ ਆਲੇ ਦੁਆਲੇ ਜਿਹੜੇ ਕੋਈ ਖੂਹ ਹੁੰਦੇ ਸਨ ਨਾ, ਉਦੋਂ ਇਹਨਾਂ ਦੇ ਨਾਂ ਹੁੰਦੇ ਸਨ? ਹਾਂ। ਅਤੇ ਤੁਸੀਂ ਮੈਨੂੰ ਖੂਹਾਂ ਦਾ ਨਾਮ ਵੀ ਦੱਸ ਦਿਓ, ਅਤੇ ਇਹ ਵੀ ਦੱਸ ਦਿਓ ਕਿਹਦਾ ਹੁੰਦਾ ਸੀ? ਉਹ ਬੱਗੇ ਵਾਲਾ ਖੂਹ ਜਿਹੜਾ, ਉਦੋਂ ਉਹਨਾਂ ਕਿਹਾ ਦਰਬਾਰ ਦੇ ਨਾਲ ਇੱਕ ਉਹਦਾ ਸੀ, ਅੱਗੇ ਗੋਰੇ ਵਾਲਾ ਸ਼ਾਨੇ ਮਾਣਾ ਸਿੰਘ ਆ ਜੀ, ਹਾਂਜੀ, ਤੂਤ ਵਾਲਾ ਜਿਹੜਾ ਸੀ ਤੇਜਾ ਸਿੰਘ ਆ, ਦੁਆਟਾ ਸਿੰਘ ਜਿਹੜਾ ਦੁਆਟਾ ਹੈ ਜੀ, ਉਹ ਸੀ ਇਹਦਾ ਨੱਥਾ ਸਿੰਘ ਦਾ, ਅਤੇ ਬਰਾਨ ਵੀ ਨੱਥਾ ਸਿੰਘ ਦੀ, ਡੇਰਾ ਵੀ ਨੱਥਾ ਸਿੰਘ ਦਾ। ਆਹ ਜਿਹੜਾ ਡੇਰਾ ਸੀ ਆਹ ਖੂਹ, ਇਹਦੇ ਨਾਂ ਸੀ ਬਲਕਾਰਾ, ਇਹ ਬਲਕਾਰੇ ਦਾ ਘਰ ਉਹ ਸਾਹਮਣੇ ਉੱਥੇ। ਅੱਛਾ, ਹਾਂ, ਠੀਕ ਹੈ। ਮੁੱਤ ਗਈ ਲੰਘ, ਕੋਈ ਨਾ ਕੋਈ ਭੁੱਲ ਜਾਂਦਾ ਬੰਦਾ ਵਿੱਚ। ਹਾਂਜੀ ਹਾਂਜੀ, ਅੱਗੇ ਤੁਸੀਂ ਕਾਫੀ ਜ਼ਿਆਦਾ ਨਾਂ ਲਏ ਨੇ, ਹੁਣ ਥੋੜ੍ਹੀ ਥੋੜ੍ਹੇ ਤੁਹਾਨੂੰ ਘੱਟ ਜਿਹੜੇ ਨੇ ਉਹ ਨਾਂ ਜਿਹੜੇ ਨੇ ਉਹ ਜ਼ਿਹਨੇ 'ਚ ਆਉਂਦੇ ਨੇ ਪਏ, ਠੀਕ ਹੈ। ਅਤੇ ਇਹ 7-8 ਇਹਨਾਂ ਦੇ ਖੂਹ ਹੁੰਦੇ ਸਨ ਪਿੰਡੋਂ ਬਾਹਰ? ਹਾਂ, ਸਹੀ ਹੈ। ਅਤੇ ਮਿਸ਼ਰ ਵਾਲਾ ਇੱਕ ਹੁੰਦਾ ਸੀ ਜੀ, ਉੱਥੇ ਕੌਣ ਹੁੰਦਾ ਸੀ? ਉੱਥੇ ਵੀ ਸਨ ਸਿੱਖ। ਅੱਛਾ, ਨਾਂ ਕੀ ਸੀ ਉਹਦਾ? ਉਹਦਾ ਨਾਂ ਦਾ ਨਹੀਂ ਪਤਾ, ਨਾਂ ਦਾ ਨਹੀਂ ਪਤਾ, ਠੀਕ ਹੈ, ਸਹੀ। ਅਤੇ ਇਹਨਾਂ ਵਿੱਚੋਂ ਚੋਖਾ ਜਿਵੇਂ ਰਕਬਾ ਕਿੱਦਾਂ ਹੁੰਦਾ ਸੀ? ਰਕਬਾ ਜ਼ਿਆਦਾ ਨੱਥਾ ਸਿੰਘ ਦਾ। ਕਿੰਨਾ ਖੂਹ ਹੁੰਦਾ ਹੋਣਾ ਉਸ ਵੇਲੇ? ਡੋਟਾ ਵੀ ਖੂਹ ਉਹਦਾ ਸੀ, ਬਰਾਨ
ਵੀ ਉਹਦੀ ਸੀ ਜੀ, ਜਿਹੜਾ ਮੁਸਕਿਮ ਵਾਲੇ ਵੀ ਉਹ ਸੀ, ਇਹ ਜੇ ਸ਼ਾਨੇ ਕਦਮ ਇਹ ਵੀ ਰਕਮੇ ਜ਼ਿਆਦਾ ਹਨ। ਇਹ ਜਿੰਨੇ ਵੀ ਸਨ ਘਰ, ਇਹਨਾਂ ਦੇ ਵਿੱਚੋਂ ਸਿਰਫ ਭੋਏ ਘੱਟ ਸੀ, ਤਾਰੇ ਕਿਸੇ ਘੱਟ, ਤਾਰਾ ਸਿੰਘ ਕੀ ਉਹਨਾਂ ਦੀ ਘੱਟ ਸੀ। ਇਹਨਾਂ ਨੂੰ ਪੁੱਛੋ ਦਰਸ਼ੀ, ਦਰਸ਼ੀ ਨੂੰ ਜਾਣਦੇ ਨੇ? ਹਾਂ ਚਲੋ ਮੈਂ ਪੁੱਛਾਂ ਤਾਂ ਉਹਨੂੰ। ਦਰਸ਼ੀ ਮੋਰੀ ਇਹ ਦੋਏ, ਇਹ ਬੱਗੇ ਵਾਲੇ ਖੂਹਦੇ ਨੇ। ਸਹੀ ਹੈ। ਜਿਹੜੇ ਤੁਹਾਡੇ ਯਾਰ ਦੋਸਤ ਸਨ ਉਦੋਂ ਰਲ ਕੇ ਤੁਸੀਂ ਪਿੰਡ ਦੇ ਵਿੱਚ ਜਿਹੜੀ ਮੌਜ ਮਸਤੀ ਕਰਦੇ ਹੁੰਦੇ ਸੋ, ਡੇਰਿਆਂ ਸ਼ੇਰਿਆਂ 'ਤੇ ਜਾਣਾ, ਕਿਸੇ ਕਿਤੇ ਖੁਦ ਉਹਦੇ ਤੁਸੀਂ ਜਾਂਦੇ ਹੁੰਦੇ ਸੋ ਉਦੋਂ? ਉਦੋਂ ਸਾਡੀ ਆਪਣੀ ਬਾਈ ਜਾਣਾ ਕੀ ਲੈਣ ਸੀ ਕਿਤੇ? ਹਾਂਜੀ ਹਾਂਜੀ, ਦੁਆਟੇ ਖੂਹ 'ਤੇ ਬਾਈ ਸੀ, ਦੁਆਟਿਆਂ ਦੇ ਖੂਹ 'ਤੇ। ਹਾਂ 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 ਹਾਂ, ਠੀਕ ਹੈ। ਹੋਰ ਹਾਂ, ਕਿੱਥੇ ਜਾਣਾ ਜਦੋਂ ਬਾਈ ਕਿਤੇ ਹੋਵੇ, ਲਾਂਭੇ ਜਾਣ ਦੀ ਲੋੜ ਖੜੀ ਹੈ। ਹਾਂਜੀ ਹਾਂਜੀ, ਪਰੇ ਹੋ ਜਾ ਬਾਈ। ਪਿੰਡ ਦੇ ਵਿੱਚ ਸਕੂਲ ਹੁੰਦਾ ਸੀ ਉਦੋਂ? ਕੋਈ ਸਕੂਲ ਨਹੀਂ ਸੀ। ਅਤੇ ਮੁੰਡੇ ਛੁੰਡੇ ਫਿਰ ਪੜ੍ਹਨ ਵਾਸਤੇ ਕਿੱਥੇ ਜਾਂਦੇ ਹੁੰਦੇ ਸਨ? ਸਾਧੂ, ਸਾਧੂ, ਸਾਧੂ ਗੁਰਾਇਆ, ਸਾਧੂ ਗੁਰਾਇਆ, ਠੀਕ ਹੈ। ਪਿੰਡ ਦੇ ਵਿੱਚ ਜਿਹੜਾ ਉਦੋਂ ਕੋਈ ਮੁੰਡੇ ਕੌਡੀ ਛੋਟੀ ਖੇਡਦੇ ਸਨ? ਮੋਏ ਮਾਂ ਜਾਣੇ ਖੇਡਦੇ ਹਨ, ਹੁਣ ਗਾਲ ਕਢਾ ਆਤੀ ਆ। ਕੋਈ ਗੱਲ ਨਹੀਂ ਬੋਲਦੇ ਹੋ? ਕੁਝ ਵੀ ਨਹੀਂ ਜੀ ਕਰਦਾ। ਹਾਂਜੀ, ਚੋਰੀ ਹੋਈ ਸੀ ਉਹਨਾਂ ਦੇ ਘਰਾਂ ਦੇ, ਉਹ ਜੇ ਤਿੰਨ ਦਸਿਆ ਧੂਤ ਵਾਲੀ ਹੈ, ਉਹ ਚੋਰੀ ਚਾਰੀ ਕਰਦਾ, ਕਿਸੇ ਢੱਗੇ ਖੋਲ ਜਾਂਦੇ, ਕਿਸੇ ਗਾਹ ਖੋਲ ਜਾਂਦੀ, ਜ਼ਿਆਦਾ ਅਸੀਂ ਕੰਮ। ਠੀਕ ਹੈ। ਨੇੜੇ ਤੇੜੇ ਰਹਿੰਦੇ ਸਨ ਕਿ ਕਿਧਰੇ ਦੂਰ ਸਿਆਲਕੋਟ ਤੱਕ ਜਾਂਦੇ ਸਨ? ਜਿੱਥੇ ਮਰਜ਼ੀ ਲੈ ਆਉਂਦੇ ਹਨ ਉਹ। ਉਦੋਂ ਤੁਸੀਂ ਕੋਈ ਵਿਆਹ ਸ਼ਾਦੀਆਂ ਵੇਖੀਆਂ ਨੇ ਇੱਥੇ ਪਿੰਡ ਦੇ ਵਿੱਚ? ਵਿਆਹ ਸ਼ਾਦੀਆਂ ਵੇਖੀਆਂ ਦੋ। ਅੱਛਾ, ਉਦੋਂ ਦੱਸਿਆ ਜੀ ਤੁਹਾਡੇ ਵਿਆਹ ਸ਼ਾਹ ਕਿਹੜੇ ਹੁੰਦੇ ਸਨ ਉਦੋਂ? ਯਾਰ ਨਾ ਹੀ ਮੂੰਹੋਂ ਕਢਵਾ। ਹਾਂ ਹਾਂ, ਨਹੀਂ ਦੱਸ ਦਿਓ, ਵੇਖੋ ਕੋਈ ਗੱਲ ਨਹੀਂ। ਹਾਂ, ਤਲਵਾਰ ਮਾਰਦੇ ਹਨ, ਸਿਰ ਲਾ ਕੇ ਉੱਧਰ ਮਾਰਨਾ, ਝਟਕਾ ਕਰਕੇ ਦਿਖਾ ਲੈਣਾ। ਇਹ ਗੱਲਾਂ ਕੋਈ ਗਲਤ ਨਹੀਂ ਹੈ, ਉਹ ਇੰਝ ਕਰਦੇ ਨੇ, ਅੱਜ ਵੀ ਇੰਝ ਕਰਦੇ ਨੇ। ਹਾਂ, ਝਟਕਾ ਕਰਦੇ ਹਨ, ਖਾਂਦੇ ਹਨ। ਅਤੇ ਵਿਆਹਾਂ ਦੇ ਉੱਤੇ ਜੰਜਾਂ ਰਾਤਾਂ ਵੀ ਰਹਿੰਦੀਆਂ ਸਨ? ਰਾਤਾਂ ਰਹਿੰਦੀਆਂ। ਗੱਲ ਸੋਚਿਆ ਇਹਨਾਂ ਨੂੰ ਥੋੜ੍ਹੀ ਦੇਰ ਬਾਅਦ ਲੱਗ ਜਾ, ਫਿਰ ਜਿੰਨੀ ਦੇਰ ਮਰਜ਼ੀ ਆ ਜਾ, ਕਿਉਂਕਿ ਡਿਸਟਰਬ ਕਰ ਰਹੇ ਨੇ ਮੈਨੂੰ ਬਾਰ ਬਾਰ ਕੋਲ ਖੇਡ ਕੇ। ਸ਼ਾਬਾਸ਼, ਬਹੁਤ ਅੱਛੇ ਹੋ ਤੁਸੀਂ, ਹੈ ਬਾਹਰ ਚਲੇ ਜਾਓ, ਸ਼ਾਬਾਸ਼ ਥੋੜ੍ਹੀ ਦੇਰ। ਅਤੇ ਜੰਜਾਂ ਰਾਤਾਂ ਵੀ ਰਹਿੰਦੀਆਂ ਸਨ? ਰਾਤਾਂ ਵੀ ਰਹਿੰਦੀਆਂ, ਠੀਕ ਹੈ। ਉਹਨਾਂ 'ਚੋਂ ਪਿੰਡ ਦੇ ਵਿੱਚ ਉਸ ਵੇਲੇ ਕਿਸੇ ਦਾ ਟੋਰ ਨਾਲ ਵਿਆਹ ਹੋਇਆ ਤੁਹਾਨੂੰ ਯਾਦ ਹੋਏ? ਟੋਰ ਨਾ ਯਾਰ, ਧੀਆਂ ਹਨ ਉਹਦੀਆਂ ਦੋ। ਹਾਂਜੀ, ਨਾ ਉਸ ਆਦਮੀ ਨੇ ਭੁੱਲ ਗਿਆ। ਹਾਂਜੀ, ਅਤੇ ਚੰਗੀ ਉਹਨੇ ਕੀਤੀ ਸੀ ਸ਼ਾਦੀ ਧੀ ਦੀ। ਹਾਂਜੀ, ਅਤੇ ਕੁੜਮ ਉਹਦਾ ਸਣੇ ਜੁੱਤੀ ਤੋਂ ਲੰਘ ਗਿਆ ਸੀ। ਗੁਰਦੁਆਰੇ ਦੀ ਰੜੀ ਦੇ ਵਿੱਚ ਉਹਨੇ ਪਾਇਆ ਸਮਾਨ, ਉੱਤੋਂ ਲੰਘ ਗਿਆ। ਮੱਝੀ ਉਹਨੇ ਦਿੱਤੀ ਸੀ, ਇੱਕੀ ਇੱਕੀ ਮੱਝੀ ਦਿੱਤੀ, ਨਾਲ ਘੋੜੀ ਦਿੱਤੀ, ਪੁੱਤਰ ਉਹਦਾ ਕੋਨੇ ਸੀ। ਕਿੰਨੀਆਂ ਮੱਝਾਂ? ਇੱਕੀ ਇੱਕੀ ਮੱਝਾਂ। ਹਾਂ, ਅਤੇ ਨਾਲ ਘੋੜੀ ਦਿੱਤੀ ਸੀ? ਨਾਲ ਘੋੜੀ ਦਿੱਤੀ ਸੀ। ਉਹ ਸਹੁਰਾ ਜਿਹੜਾ ਸੀ ਨਾ, ਮੁੰਡੇ ਦਾ ਪਿਓ, ਹਾਂਜੀ, ਉਹ ਕਹਿੰਦਾ ਸਹੁਰੇ ਨੂੰ, ਆਹ ਪੁੱਤਰ ਕੋਈ ਛੇੜੂ ਵੀ ਲਾਇਆ, ਉਹਦੇ ਕੋਲ ਛੇੜੂ ਹੋਏ ਸੀ ਕੋਈ ਨਾ। ਉਹਨੇ ਦੁਆ ਕੀਤੀ, ਅੱਲਾਹ ਕੁੜੀ ਮਰ ਜਾ, ਉਹ ਇੱਥੇ ਖਾਣ ਪਿਆਰੇ ਵਿਆਹ ਗਈ ਸੀ। ਅੱਛਾ, ਠੀਕ ਹੈ। ਅਤੇ ਇਹ ਜਿਹੜੀ ਜੰਜ ਹੈ ਕਿੱਥੋਂ ਆਈ ਸੀ? ਖਾਣ ਪਿਆਰੇ ਹੋ, ਖਾਣ ਪਿਆਰੇ ਆਈ ਸੀ। ਵਧੀਆ। ਅੱਛਾ, ਉਦੋਂ ਪਿੰਡ 'ਚ ਮਸੀਤਾਂ ਹੁੰਦੀਆਂ ਸਨ? ਮਸੀਤ ਪੁਰਾਣੀ। ਹਾਂਜੀ, ਇਹ ਇੱਕ ਹੀ ਸੀ? ਇੱਕ। ਪਿੰਡ ਦੇ ਕਿਹੜੇ ਪਾਸੇ ਸੀ? ਆਹ ਸਾਹਮਣੇ ਇੱਥੇ, ਆਹ ਸੜਕ ਉੱਤੇ ਨਹੀਂ, ਮੁਰਲੀ ਮਸਜਿਦ। ਹਾਂਜੀ ਹਾਂਜੀ, ਇਹ ਹੁੰਦੀ ਸੀ। ਅਤੇ ਗੁਰਦੁਆਰੇ ਕਿੰਨੇ ਹੁੰਦੇ ਸਨ? ਇੱਕੋ ਹੀ। ਗੁਰਦੁਆਰਾ ਪਿੰਡ ਦੇ ਕਿਹੜੇ ਪਾਸੇ ਹੁੰਦਾ ਸੀ? ਆ ਜੀ, ਹਾਂ, ਇਹ ਚੜ੍ਹਦਾ ਪਾਸਾ, ਚੜ੍ਹਦਾ ਪਾਸਾ ਹੁੰਦਾ, ਚੜ੍ਹਦਾ ਦੇ ਪਹਾੜ ਵਾਲਾ ਪਹਾੜਾ, ਇਹ ਚੜ੍ਹਦਾ ਨਹੀਂ ਹੁੰਦਾ। ਹਾਂ, ਠੀਕ ਹੈ ਠੀਕ ਹੈ। ਹਾਂ, ਮਿਲਦਾ ਜੁਲਦੀ ਉੱਧਰ ਤਕਰੀਬਨ। ਨਹੀਂ, ਪਹਾੜ ਜਿਹੜੇ ਉਹ ਇੱਥੇ ਵੀ ਆਉਣਾ, ਇਹ ਪਹਾੜ ਇਹ ਚੜ੍ਹਦਾ, ਹਾਂਜੀ ਹਾਂ, ਇਹ ਲਾਂਦਾ ਹੈ ਦੱਖਣ, ਥੋੜ੍ਹਾ ਫੇਰ ਹੈ ਇਸ ਵਜ੍ਹਾ ਤੋਂ। ਹਾਂ, ਫੇਰ ਨਹੀਂ ਲੱਗਦਾ ਉਸ ਤਰ੍ਹਾਂ। ਹਾਂ, ਠੀਕ ਹੈ, ਸਹੀ ਹੈ। ਅਤੇ ਇਹਨਾਂ ਦੇ ਵਿੱਚੋਂ ਜਿਹੜਾ ਕੋਈ ਜਿਹਦਾ ਰੋਗ ਸੀ ਪੂਰੇ ਪਿੰਡ 'ਚ, ਕੋਈ ਤਕੜਾ ਬੰਦਾ ਹੋਏ ਜਿਹੜਾ, ਉਹ ਕਿਹੜਾ ਸੀ? ਨੱਥਾ ਸਿੰਘ। ਨੱਥਾ ਸਿੰਘ ਦਾ? ਹਾਂ, ਠੀਕ ਹੈ। ਇਹ ਉਦੋਂ ਕਿੰਨੀ ਕੁ ਉਮਰ ਦਾ ਸੀ ਨੱਥਾ ਸਿੰਘ ਜਿਹੜਾ ਸੀ? ਵਡੇਰਾ ਹੋਇਆ, ਚਿੱਟੀ ਦਾੜੀ ਸੀ। ਚਿੱਟੀ ਦਾੜੀ ਸੀ, ਕੇਸਧਾਰੀ, ਮਤਲਬ ਜੂੜਾ ਬੰਨ ਕੇ। ਹਾਂ, ਚੌਧਰੀ ਆਦਮੀ ਸੀ ਯਾਰ, ਨੰਬਰਦਾਰ। ਹਾਂਜੀ, ਅਤੇ ਤੇਜਾ ਸਿੰਘ ਜਿਹੜਾ, ਇਹ ਵੀ ਵਡੇਰਾ ਸੀ ਉਦੋਂ? ਆਹ, ਇਹ ਵੀ ਪੂਰੀ ਉਮਰ ਸੀ। ਇਹ ਵੀ ਪੂਰੀ ਉਮਰ ਦਾ ਸੀ? ਠੀਕ ਹੈ ਠੀਕ ਹੈ, ਸਹੀ। ਤਾਰਾ ਸਿੰਘ ਵੀ ਪੂਰੀ ਉਮਰ ਸੀ? ਤਾਰਾ ਸਿੰਘ ਵੀ ਪੂਰੀ ਉਮਰ ਦਾ ਸੀ, ਠੀਕ ਹੈ, ਸਹੀ। ਅੱਛਾ, ਜਿਹੜੇ ਖੂਹ ਸਨ ਇੱਥੇ ਉਦੋਂ, ਇਹਨਾਂ ਦੇ ਵਿੱਚ ਪਾਣੀ ਜਿਹੜਾ ਸਾਰਾ ਨਹਿਰੀ ਤਾਂ ਨਹੀਂ ਸੀ ਹੁੰਦਾ ਹੈ ਨਾ? ਨਹਿਰੀ ਜਿਹੜਾ ਲੱਗਦਾ ਹੈ ਸੀ ਜੀ, ਅਤੇ ਥਾਰਾ ਨਹੀਂ ਸੀ ਲੱਗਦਾ, ਵਾਰੀ ਆਉਂਦੀ ਸੀ 8 ਦਿਨ ਕਿਸੇ ਦੀ, ਕਿਸੇ ਦਾ ਪੀਛਾ ਹੋ ਜਾਣਾ, ਕਿਸੇ ਦੇ ਨਾਂ, ਆਮ ਖੂਹ ਚੱਲਦੇ ਹਨ, ਹੈ ਸੀ ਨਹਿਰੀ ਪਾਣੀ ਵੀ। ਅੱਛਾ, ਅਤੇ ਇਹਨਾਂ ਦਾ ਪਿੰਡ ਦੇ ਵਿੱਚ ਕਦੀ ਮੁਸਲਮਾਨਾਂ ਦੇ ਨਾਲ ਕੋਈ
ਤੂਤਕਾਰ ਵਾਧਾ ਘਾਟਾ ਨਹੀਂ ਸੀ ਹੋਇਆ, ਸਲੂਕ ਨਾਲ ਰਹਿੰਦੇ ਸਨ। ਸਲੂਕ ਨਾਲ ਰਹਿੰਦੇ। ਅੱਛਾ ਚਾਚੀ, ਜਦੋਂ ਪਿੰਡ 'ਚ ਰੋਜ਼ੀ ਹੁੰਦੇ ਹੁੰਦੇ ਸਨ ਉਦੋਂ, ਅਤੇ ਇਹ ਉਦੋਂ ਮਤਲਬ ਕਿ ਮੁਸਲਮਾਨਾਂ ਦੇ ਨਾਲ ਕਿੰਨਾ ਕੁ ਤਾਵਨ ਕਰਦੇ ਸਨ, ਕੋਈ ਤੁਸੀਂ ਰੋਜ਼ੇ ਰੱਖੋ ਨਮਾਜ਼ਾਂ ਪੜ੍ਹੋ, ਹੁੰਦੀ ਸੀ ਕਦੀ ਗੱਲ ਇਸ ਬਾਰੇ 'ਚ? ਨਾ ਉਹਨਾਂ ਨੇ ਰੱਖੋ ਅਤੇ ਨਾ ਉਹ ਡੱਕਦੇ ਸਨ। ਹਾਂਜੀ, ਅਤੇ ਮੁਸਲਮਾਨ ਰੋਜ਼ੇ ਰੱਖਦੇ ਸਨ, ਕੁਰਬਾਨੀ ਹੁੰਦੀ ਸੀ, ਸਭ ਕੁਝ ਹੁੰਦਾ ਸੀ, ਸਾਰਾ ਕੁਝ ਹੁੰਦਾ ਸੀ, ਸਾਰਾ ਕੁਝ। ਠੀਕ ਹੈ, ਮਤਲਬ ਮਜ਼ਹਬ ਦੇ ਉੱਤੇ ਪੂਰੇ ਉਹਨਾਂ ਨੂੰ ਚੱਲਣ ਦੇ ਉਤੋਂ ਉਹ ਮਤਲਬ ਦਿੰਦੇ ਸਨ ਉਹ ਚੱਲਣ। ਹਾਂ ਠੀਕ ਹੈ ਠੀਕ ਹੈ। ਫਿਰ ਜਦੋਂ 47 ਦੀ ਜਦੋਂ ਵੰਡ ਹੋਈ ਸੀ, ਅਤੇ ਫਿਰ ਉਦੋਂ ਪਿੰਡ ਦੇ ਵਿੱਚ ਕਿੰਝ ਦੇ ਹਾਲਾਤ ਹੋਏ ਸਨ? ਹਾਲਾਤ ਇਹ ਹੋਏ ਸਨ, ਜਿਹੜੇ ਪਿੰਡ ਦੇ ਉਹ ਸਨ ਲੋਕ, ਹਾਂਜੀ, ਗਰਾਇਆ ਸਿੱਖ, ਉਹਨਾਂ ਕਿਹਾ ਤੁਹਾਡਾ ਕੋਈ ਜਥਾ ਆਵੇ ਤੁਸੀਂ ਰੋਕਣਾ, ਹਾਂਜੀ, ਸਾਡਾ ਕੋਈ ਆਵੇ ਤਾਂ ਅਸੀਂ ਰੋਕਣਾ। ਅੱਲਾਹ ਦਾ ਕਰਮ ਆਇਆ ਹੀ ਕੋਈ ਨਹੀਂ ਸੀ, ਕੋਈ ਨਹੀਂ ਸੀ ਆਇਆ। ਨਾ ਠੀਕ ਹੈ, ਅਤੇ ਉਂਝ ਲਾਮ ਦੇ ਕਿਸੇ ਪਿੰਡ ਦੇ ਵਿੱਚ ਇੱਥੇ ਉਦੋਂ ਕੋਈ ਹੰਗਾਮੇ ਹੋਏ ਹੋਣ, ਮਾਰ ਟੁੱਕ ਹੋਈ, ਵੱਧ ਘੱਟ ਹੋਈ? ਇਹ ਸ਼ੇਰ ਦੇ ਕੋਟੋਂ ਜਦੋਂ ਤੁਰਿਆ ਨਾ, ਉਦੋਂ ਉਹ ਜਥਾ ਉਹਨੇ ਆਪਣਾ ਆਪ ਹੀ ਮਾਰਿਆ। ਸਹੀ ਹੈ ਠੀਕ ਸਹੀ ਹੈ। ਅਤੇ ਹੋਰ ਚਿੱਟੀ ਕਰਾਇਆ ਜਾਂ ਇੱਧਰ ਕਿਧਰੇ ਹੋਰ ਪਾਸੇ ਨਹੀਂ ਹੋਈ ਆ, ਜੂਆਂ ਵਾਲੀ ਕਿਸੇ ਪਾਸੇ ਨਹੀਂ ਹੋਈ, ਉਹੀ ਉਹ ਸਿਰਫ ਘਾਮਾ ਹੋਇਆ ਇੱਕੋ ਹੀ, ਉਹ ਵੀ ਖਤਰੇ 'ਚ ਉਹਨੂੰ ਪਿਆ ਅਤੇ ਉਹਦੀ ਉਹ ਕਲਾਈ ਗੰਨ ਜਾਈ। ਓਏ ਤੈਨੂੰ ਰੋਕਿਆ ਨਹੀਂ 7 ਵਜੇ? ਅੱਛਾ, ਇਹ ਜਿਹੜੇ ਲੋਕ ਸਨ ਅਤੇ ਉਦੋਂ ਫਿਰ ਇੱਥੋਂ ਕਿੱਥੇ ਗਏ ਸਨ? ਇੱਥੋਂ ਉੱਠ ਕੇ ਫਰੂਕਾਬਾਦ, ਫਰੂਕਾਬਾਦ ਗਏ ਸਨ। ਸਹੀ ਹੈ, ਅਤੇ ਜਿਹੜਾ ਤੁਹਾਡਾ ਯਾਰ ਸੀ ਉਹ ਤੁਹਾਨੂੰ ਜਾਣ ਲੱਗਿਆ, ਮਿਲ ਜੁਲ ਕੇ ਗਿਆ ਸੀ? ਮਿਲ ਕੇ ਗਏ ਨੇ, ਸਾਰੇ ਮਿਲ ਕੇ ਗਏ ਨੇ। ਸਹੀ ਹੈ ਠੀਕ। ਇਹਨਾਂ ਜਿਹੜਾ ਤਾਰਾ ਸਿੰਘ ਦਾ ਬਾਪ ਸੀ, ਜਿਹੜਾ ਤਾਰਾ ਸਿੰਘ ਦਾ ਬਾਪ ਸੀ ਨਾ, ਉਹ ਤਾਂ ਸਾਡਾ ਬਾਪ ਫਰੂਕਾਬਾਦ ਕੈਂਪ ਛੱਡ ਕੇ ਆਇਆ ਹੈ ਆਪ। ਸਹੀ, ਤੁਹਾਡੇ ਅੱਬਾ ਜੀ ਉਹਨਾਂ ਨੂੰ ਛੱਡ ਕੇ ਆਏ ਸਨ, ਨਾਲ ਗਏ ਸਨ? ਅੱਛਾ, ਤੁਹਾਡੇ ਅੱਬਾ ਜੀ ਦੇ ਨਾਲ ਬਹੁਤਾ ਪਿਆਰ ਪੋਚਾ ਉਹਨਾਂ ਚੁੱਕੀ ਦਾ ਹੁੰਦਾ ਸੀ? ਸਾਰਿਆਂ ਦਾ ਸੀ, ਸਾਡਾ ਬਾਪ ਸੀ ਇਕੱਲਾ ਹੀ। ਹਾਂਜੀ, ਇਹਨਾਂ ਸਾਰਿਆਂ ਦੇ ਸੀ ਪਿਆਰ, ਸਾਰਿਆਂ ਦਾ ਸੀ ਇਮਾਮ ਦੀਨ ਕਮਿਆਰ ਦੇ ਨਾਲ। ਠੀਕ ਹੈ, ਅਤੇ ਅੱਛਾ, ਉਹਨਾਂ ਨੂੰ ਪਿੱਛੇ ਮਾੜਾ ਮੋਟਾ ਰਾਸ਼ਨ ਪਾਣੀ ਵੀ ਦੇਣ ਜਾਂਦੇ ਹੁੰਦੇ ਸਨ ਫਿਰ ਬਾਅਦ ਵਿੱਚ? ਨਹੀਂ, ਫਿਰ ਕੋਈ ਨਹੀਂ ਜਾਂਦੇ ਰਹੇ, ਐਵੇਂ ਝੂਠ ਮਾਰੇ ਪਿਆ। ਅੱਛਾ, ਉਦੋਂ ਉਂਝ ਲੋਕਾਂ ਨੂੰ ਖਤਰਾ ਹੁੰਦਾ ਸੀ, ਹਾਂਜੀ, ਅਤੇ ਕੋਈ ਨਹੀਂ ਜਾਂਦਾ ਹੁੰਦਾ। ਤੁਹਾਡੇ ਅੱਬਾ ਜੀ ਜਦੋਂ ਫਿਰ ਜਿੰਨੀ ਦੇਰ ਤੱਕ ਜਿਉਂਦੇ ਰਹੇ, ਇਹਨਾਂ ਲੋਕਾਂ ਨੂੰ ਕਿੰਨਾ ਕੁ ਯਾਦ ਕਰਦੇ ਹੁੰਦੇ ਸਨ? ਹਰ ਇੱਕ ਜੀ ਜਦ ਇੱਕ ਸਾਹ ਪਲੇ ਬੰਦਾ, ਭਾਵੇਂ ਉਹ ਕੌਮ ਦਾ ਕੌਣ ਵੀ ਹੋਵੇ, ਉਹ ਫਿਰ ਤੈਨੂੰ ਪਤਾ ਹੀ ਖਿੱਚ ਪੈ ਜਾਂਦੀ ਹੈ। ਹਾਂਜੀ ਬਿਲਕੁਲ। ਅਤੇ ਉਹਨੇ ਚੋਂ ਕਦੇ ਕੋਈ ਪਿੱਛੇ ਪਰਤ ਕੇ ਪਿੰਡ ਵੇਖਣ ਆਇਆ ਅੱਜ ਤੱਕ? ਦੋ ਆਏ ਨੇ। ਕੌਣ ਆਇਆ ਸੀ? ਤਾਰਾ ਸਿੰਘ ਵੀ ਆਇਆ ਸੀ, ਤੇਜਾ ਸਿੰਘ ਵੀ ਆਇਆ। ਅਤੇ ਇਹਨਾਂ ਨੂੰ ਆਇਆਂ ਨੂੰ ਕਿੰਨਾ ਕੁ ਚਿਰ ਹੋਈ ਹੈ? ਉਦੋਂ ਹੀ ਆਏ ਸਨ ਕਿਧਰੇ? ਹੈਂ, ਉਦੋਂ ਹੀ ਆਏ ਸਨ ਕਿਧਰੇ? ਵੜ ਤੋਂ ਬਾਅਦ ਕੋਈ ਕਿੰਨਾ ਕੁ ਸਾਲ? ਮੇਰਾ ਖਿਆਲ ਤੇ 50-60 ਸਾਲ ਹੋ ਗਏ ਜਦੋਂ ਆਇਆ। ਠੀਕ ਹੈ ਠੀਕ ਹੈ ਸਹੀ ਆ ਗਿਆ। ਹਾਂਜੀ, ਜਿਹੜਾ ਤੁਹਾਡਾ ਯਾਰ ਸੀ ਇੱਥੇ ਪਿੰਡ ਦੇ ਵਿੱਚ, ਉਹ ਤੁਹਾਨੂੰ ਜਾਣ ਲਈ ਮਿਲ ਕੇ ਗਿਆ ਸੀ ਜਦੋਂ ਵੰਡੇ ਲਈ ਗਿਆ ਸੀ? ਗਿਆ ਸੀ। ਅੱਛਾ, ਅਤੇ ਕੀ ਆਉਂਦਾ ਸੀ ਤੁਹਾਨੂੰ ਆਖਰੀ? ਬਸ ਅੱਲਾ ਹੀ ਅੱਲਾ ਹੈ ਹੋਰ। ਹਾਂਜੀ ਹਾਂਜੀ ਹਾਂਜੀ। ਅੱਛਾ ਚਾਚਾ, ਇਹਨਾਂ 74 ਸਾਲ ਹੋ ਗਏ ਨੇ ਹੁਣ ਵੰਡ ਨੂੰ, ਅਤੇ ਤੁਹਾਨੂੰ ਉਹ ਕਦੀ ਯਾਦ ਆਉਂਦਾ ਜਿਹੜਾ ਤੁਹਾਡਾ ਯਾਰ ਦੋਸਤ ਆਇਆ ਸੀ? ਯਾਰ ਦੋਸਤ ਬਸ ਤਾਂ ਕਦੀ ਹਾਂ। ਅੱਛਾ, ਫਿਰ ਇੱਕ ਵਾਰ ਉਹਦਾ ਨਾਂ ਲੈ ਦਿਓ, ਕੀ ਸੀ ਨਾਂ ਉਹਦਾ? ਉਹਦੇ ਨਾਂ ਸੀ ਕੈਲਾ। ਪੁੱਤਰ ਕਿਹਦਾ ਸੀ ਉਹ? ਤਾਰਾ ਸਿੰਘ ਦਾ। ਤਾਰਾ ਸਿੰਘ ਦਾ। ਅਤੇ ਜੇ ਜਿਉਂਦਾ ਹੋਏ ਤਾਂ ਤੁਸੀਂ ਉਹਨੂੰ ਕੋਈ ਆਖਣਾ ਚਾਹੁੰਦੇ ਗੱਲ ਕੋਈ? ਉਹਦੇ ਤੱਕ ਵੀਡੀਓ ਅੱਜ ਆਏਗੀ, ਉਹਦੇ ਤੱਕ ਜਾਈਦਾ ਸੀ, ਗੱਲ ਕਰਾਂਗੇ ਉਹਦੇ ਨਾਲ। ਹਾਂ, ਮਿਲਣ ਦਾ ਚਾਹੇ ਤੁਹਾਨੂੰ? ਹਾਂ ਸਹੀ ਹੈ। ਅੱਛਾ ਚਾਚੀ, ਇਹਨਾਂ ਲੋਕਾਂ ਦੇ ਵਿੱਚੋਂ ਪਿੱਛੇ ਪਰਤ ਕੇ ਕੋਈ ਪਿੰਡ 'ਚ ਰਹਿ ਗਿਆ ਸੀ ਇੱਥੇ? ਰਹਿ ਸਨ ਦੋ ਜਣੇ, ਦੋ ਹੁਣ ਅਗਲਾ ਥੋਣੇ ਅਤੇ ਕੀ ਕੋਈ ਆ ਕੇ ਜੀ ਕੀ ਲੋੜ ਹੈ ਆਖਣ ਦੀ? ਸਮਝ ਆ ਗਈ ਗੱਲ? ਹਾਂਜੀ, ਬੁਰਾ ਕੰਮ ਹੁੰਦਾ ਜਿਹੜੀ ਐ ਸੀ ਨਾ, ਇਹਦੇ ਘਰੋਂ ਫਤਿਹ ਸਿੰਘ ਦੇ ਘਰੋਂ, ਹਾਂਜੀ, ਉਹਦੇ ਘਰ ਵਾਲੇ ਵੀ ਇੱਥੇ ਹੀ ਰਹੀਏ, ਉਹ ਵੀ ਮਰੀ ਗਏ। ਜਿਹੜਾ ਸੀ ਆਪਣਾ ਤੇਜਾ ਸਿੰਘ, ਉਹਦੀ ਭਰਜਾਈ ਇੱਥੇ ਹੀ ਮਰੀ ਗਈ, ਕਿਸੇ ਲੋਕਾਂ ਨੇ ਆ ਕੇ ਮਾਰੀ ਸੀ। ਆਹੋ, ਅਤੇ ਇਹ ਇੱਥੇ ਰਹਿ ਗਏ ਸਨ? ਇਹ ਰਹਿ ਗਏ ਸਨ, ਅਤੇ ਲੋਕਾਂ ਨੇ ਫਿਰ ਵੀ ਆ ਕੇ ਮਾਰ ਛੱਡਿਆ? ਉਦੋਂ ਲੁੱਟ ਮਾਰ ਦੇ ਵਿੱਚ ਕੁੜੀ ਆ ਗਿਆ ਉਹਨਾਂ ਨੇ ਮਾਰ ਛੇ, ਅਤੇ ਜਿਹੜਾ ਸੀ ਨਾ ਫਤਿਹ ਸਿੰਘ ਦਾ ਮੁੰਡਾ ਇੱਕ, ਅਤੇ ਸ਼ਹੀਦ ਦੂਜਾ ਉਹਨਾਂ ਦਾ ਭਤੀਜਾ ਸੀ ਨਥਾ ਸਿੰਘ ਦਾ, ਉਹ ਦੋਏ ਵਾਪਸ ਗਏ ਨੇ, ਉਹ ਆ ਕੇ ਲੈ ਗਏ ਸਨ, ਫਿਰ ਉਹ ਲੈ ਗਏ ਸਨ। ਹਾਂ, ਬਾਕੀ ਪਿੰਡ 'ਚ ਕੋਈ ਨੀਗਾ, ਸਾਰੇ ਟੋਲ ਗਏ। ਮਰਿਆਂ ਦਾ ਕੀ ਨਾਲ ਲੈਣਾ ਲੱਗੀ ਫਲਾਣਾ ਪਿੰਡ, ਇਹ ਤਾਂ ਬੁਰਾ ਲੱਗਦਾ ਬੰਦਾ। ਸਹੀ। ਅੱਛਾ ਬਾਲ ਸਿੰਘ, ਤੁਸੀਂ ਵੇਖਿਆ ਜਨਾ ਸ਼ਨਾ ਸੀ ਬਾਬਾ ਕੇ? ਆਹੋ, ਕੋਈ ਪੂਰੇ ਤਾਂ ਕਰਦਾ ਸੀ? ਪੂਰਾ ਸੀ ਜਣਾ, ਨਾ ਕੱਦ ਸੀ ਅਤੇ ਨਾ ਛੋਟਾ ਸੀ, ਪੂਰਾ ਜਵਾਨ ਸੀ। ਸਹੀ ਹੈ ਸਹੀ। ਅਤੇ ਜਿਹੜੇ ਉਹਦੇ ਪੁੱਤਰ ਨੇ ਉਹ ਉਦੋਂ ਜਵਾਨ ਸੀ? ਇਹਨਾਂ ਨੂੰ ਹੁਣ ਤੁਸੀਂ ਜਦੋਂ ਪੁੱਛੋ, ਇਹਨਾਂ ਦਾ ਆਖਿਆ ਦਰਸੀ ਅਤੇ ਮੋਰੀ, ਉਹਨਾਂ ਨੂੰ ਜਾਣਦਾ ਮੈਂ, ਉਹ ਵੀ ਬੱਗੇ ਵਾਲੇ ਦੇ। ਬਾਲ ਸਿੰਘ ਦੇ ਕੀ ਪੁੱਤਰ ਸਨ? ਹਾਂ, ਠੀਕ ਹੈ ਠੀਕ ਹੈ ਠੀਕ। ਉਹ
ਤੇ ਦਰਬਾਰ ਉੱਥੇ ਬਾਹਰ ਹੀ ਹੈ ਜੀ, ਇਕੱਲਾ ਹੀ ਹੈ। ਗਰੀਬ ਗਰੀਬ ਸ਼ਾਹ, ਬਾਬਾ ਗਰੀਬ ਸ਼ਾਹ, ਠੀਕ ਹੈ। ਹਾਂ, ਤੇ ਨਾਲ ਹੀ ਸਾਹਮਣੇ ਨਾ ਦਰਬਾਰੋਂ ਅਗਲਾ ਜਿਹੜੀ ਆਬਾਦੀ ਥੋੜ੍ਹੀ ਜਿਹੀ, ਉਹ ਮਕਾਨ ਬਣ ਗਏ ਨੇ ਪਿੱਪਲ ਵੀ ਉੱਥੇ। ਹਾਂਜੀ, ਠੀਕ ਹੈ। ਉੱਥੇ ਜਾ ਕੇ ਪਿੱਪਲ ਦੀ ਵੀ ਨਿਸ਼ਾਨੀ ਲੈ ਲਿਆ ਜੇ। ਹਾਂਜੀ ਹਾਂਜੀ, ਉਹ ਪਿੱਪਲ ਖੂਹ ਦੇ ਉੱਤੇ ਵੇ। ਅੱਛਾ ਅੱਛਾ, ਖੂਹ ਕਿਹੜਾ ਸੀ ਉਹ? ਬੱਗੇ ਵਾਲਾ। ਬੱਗੇ ਵਾਲਾ, ਠੀਕ ਹੈ ਠੀਕ ਹੈ ਠੀਕ ਹੈ, ਚਲੋ ਉਹ ਨਿਸ਼ਾਨੀ ਲੈ ਲਿਆ ਜੇ। ਚਲੋ ਸਹੀ ਹੈ, ਬਹੁਤ ਮਿਹਰਬਾਨੀ ਹੈ। ਹਾਂ ਚਲੋ ਠੀਕ ਹੈ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਗੱਲਬਾਤ ਕੀਤੀ ਹੈ ਸਹੀ। ਹਾਂਜੀ, ਬਹੁਤ ਮਿਹਰਬਾਨੀ।